ਮੈਨੂੰ ਪਤਾ ਬਤ ਸ਼ੁਰੂ ਦੇ ਵੀਸੀਆਰ ਦਾ ਹੋ ਰਿਹਾ ਮੁੜ ਤੂੰ ਸੀਡੀਆਂ ਆਈਆਂ ਸੀਡੀਆਂ ਜਾ ਕੰਮ ਕਰਨ ਲੱਗ ਗਏ ਹੁਣ ਆ ਗਏ ਜਦੀਦ ਦੌਰ ਯੂਟਿਊਬ ਗੂਗਲ ਕਾਰੋਬਾਰ ਕੰਮ ਅਜ ਕੰਮ 40 ਸਾਲ ਹੋ ਗਏ ਇਸ ਕਾਰੋਬਾਰ ਕਰਦੇ ਕਰਦੇ 40 ਸਾਲ ਸ਼ੁਰੂ ਤੋਂ ਮੋਟੇ ਕੋਈ ਨਾੜੀ ਹੁੰਦੀ ਇਸ ਤਰ੍ਹਾਂ ਤਬੀਅਤ ਪਿੱਛੇ ਖਾ ਖੂ ਕੇ ਨਾ ਬਣਿਆ ਨਾ ਮੁੜਕੇ ਸਰਦੌਰ ਦੇ ਵਿੱਚ ਨਾ ਬਣਿਆ ਫੰਕਸ਼ਨ ਕਰਨ ਤੇ ਬਾਈ ਨੂੰ ਥੀਏਟਰਾਂ ਦਾ ਬੜਾ ਸ਼ੌਕ ਹੈ ਤੇ ਇਹ ਠੁਕਰਾ ਤਾਂ ਮੋੜ ਸੋਟੇ ਵਾਲਾ ਖੜਾ ਉਹ ਮੈਂ ਮੋੜ ਮਾਰ ਲੈ ਲੋ ਮੈਂ ਕਿਹਾ ਕੁਝ ਯਾਰ ਹੋਵੇ ਤਾਂ ਦੰਦ ਪੱਤਰ ਬਣਨ ਦੇ ਸ਼ਾਬਾਸ਼ ਮੈਨੂੰ ਸ਼ੌਕ ਮੁਕਾਲ ਕੀਤੇ ਉਹਨਾਂ ਦਾ ਸ਼ੌਕ ਬੜਾ ਵੇਖਣ ਦਾ ਤੇ ਬੜਾ ਹੱਸਾ ਉਹਦਰ ਵੇਖ ਲੇ ਮੈਂ ਆਖਿਆ ਮੇਰੇ ਅੱਲਾ ਮਹੀ ਨੇ ਇਹ ਬਣਾ ਕਿ ਵੇ ਔਖੇ ਸੌਖੇ ਸ਼ੌਕ ਹੈ ਸ਼ੌਕ ਸ਼ੌਕ ਮੋੜ ਬਾਜੀ ਕਰੋ ਨਾਸ ਕੇ ਚੋਰੀ ਤਾਂ ਚੋਰੀ ਤੇ ਬਾਹਰ ਥੀਏਟਰਾਂ ਨੂੰ ਗਿਆ ਉਹ ਮਜ਼ਦੂਰ ਬਾੜ ਗਿਆ ਆ ਟੰਬੇ ਟੁੰਬੇ ਆ ਭਾਈ ਸੋਟੇ ਸੋਟੇ ਬੋਰਡ ਹੈ ਬਾ ਸਮਾਂ ਬਾਹਰ ਬਟਾ ਵਾਸ ਉਹ ਸਲਾ ਬੜਾ ਸ਼ੌਕ ਹੁੰਦਾ ਹੈ ਜਨੂਨ ਜੋ ਨਾ ਹੈ ਵਾ ਉਹ ਮੈਨੂੰ ਜਿੱਦਾਂ 1000 ਰੁਪਏ ਦੇ ਵਧਾ ਦੇ ਆ ਐਸੇ ਨਹੀਂ ਵਰਨਾ ਇਦਾਂ ਵਾ ਦੀ ਵਾ ਵਾ ਜੀ ਵਾ ਉਟਾ ਕੇ ਵਾ ਜੀ ਵਾ ਕਮਾਲ ਕੀ ਤਿਕਰ ਵਾ ਜੀ ਵਾ ਕਮਾਉ ਹਾਂ ਕਮਾਲ ਕੀ ਤਿਕਰ ਵਾ ਜੀ ਵਾ ਹੈ ਇਹ ਤਾਂ ਚੰਗੇ ਪੂਰੇ ਦਿਨ ਦੀ ਵਾ ਉਹਨਾਂ ਮੈਨੂੰ ਦਾਤਾ ਦੇ 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 ਕੇ ਨਾ
ਜਿਹੜਾ ਟਾਈਮ ਪੂਰਾ ਹੁੰਦਾ ਬੈਠਾ ਹੁੰਦਾ ਮਤਲਬ ਹਾਰਦਾ ਤੈਨੂੰ ਪਤਾ ਹੀ ਕੋਈ ਸੁੱਚਾ ਬਾਹਰ ਆਇਆ ਵਾਹ ਵਾਹ ਬਾਈ ਤੂੰ ਕੀਤੀ ਉਹਨਾਂ ਤੇ ਮੈਂ ਪੂਰੇ ਲੱਗ ਗਿਆ ਰਾਤੀ ਮੁੜ ਮੈਂ ਸਟੇਜ ਤੇ ਬਾਹਰ ਜਾਵਾਂ ਗੱਲਾਂ ਹੁਣ ਪਕਾਉਣ ਮਜ਼ਦੂਰੀ ਕਰ ਔਖਾ ਕੰਮ ਇਹ ਤਾਂ ਲੁੱਡਣ ਹੀ ਲੁੱਡਣ ਹਜ਼ਾਰਤੀ ਹਜ਼ਾਰਤੀ ਚ ਬਈ ਮੈਨੂੰ ਲੁੱਡਣ ਵਾਲਾ ਸੀਨ ਮੈਨੂੰ ਦਿਓ ਹੀ ਰਾਂਝੇ ਡਰਾਮੇ ਦੇ ਉਹ ਅੱਜ ਵੀ ਯਾਦ ਹੈ ਹਾਂ ਮੈਨੂੰ ਯਾਦ ਹੈ ਮੈਨੂੰ ਥੋੜਾ ਜਿਹਾ ਤੈਨੂੰ ਸੁਣੋ ਇੰਨਾ ਮੈਂ ਆਖਿਆ ਉਹਨਾਂ ਆਖਿਆ ਤੂੰ ਕੀ ਕਰੋ ਤੂੰ ਪਾਣੀ ਅੱਖੀ ਚੋਂ ਬਲੇ ਸਟਾਏ ਇਹਦੇ ਕੋਲ ਇਹਦੇ ਕੋਲ ਡਰਾਮੇ ਚ ਕਰ ਜਿੱਥੇ ਮੈਨੂੰ 10 ਰੁਪਏ ਦਿੰਦੇ ਆ 20 ਰੁਪਏ ਲਾ ਦੇ ਹੁਣ ਜਦੋਂ ਦੇ ਚੈਨਲ ਧੱਕੇ ਖਾਵਣੇ ਕੋਈ ਨੀ ਪਾਉਂਦੇ ਉਸੇ ਟਾਈਮ ਬੰਦੇ ਦਾ ਨਾਮ ਬਣ ਜਾਂਦਾ ਨਾਮ ਬਣ ਜਾਂਦਾ ਤੇ ਨਾਮ ਬਣ ਗਿਆ ਗਰੂਰ ਹੀ ਚੋ ਗਿਆ ਚਾਹੇ ਮੇਰੇ ਸ਼ਗਿਰਦ ਹੋਵੇ ਚਾਹੇ ਕੋਈ ਗਰੂਰ ਹੀ ਚੋ ਗਿਆ ਤੇ ਉਸਤਾਦ ਨੂੰ ਉਸਤਾਦ ਸਦਨ ਬੋਲ ਗਏ ਸ਼ਰਮ ਕਰੇ ਦਿਨ ਕਈ ਭਾਈ ਹੁਣ ਅਸੀਂ ਉਸਤਾਦ ਕਿਵੇਂ ਸਦੀ ਉਹਨੂੰ ਸਾਡਾ ਨਾਮ ਬਣ ਗਿਆ ਹੁਣ ਕਿਵੇਂ ਉਸਤਾਦ ਤੇ ਮੈਂ ਮੋੜੀ ਇੱਥੋਂ ਦਿਲ ਦੁਆ ਕਰਿੰਦਾ ਹੁਣ ਸ਼ਗਿਰਦਾਂ ਨੂੰ ਕਿ ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇਵੇ ਦੋਸਰੇ ਪੋਤਰੇ ਨੂੰ ਮੈਂ ਇੱਕ ਪੈਂਤਲ ਪਾਲ ਦਾ ਜ਼ਾਕਿਰ ਬਣਾਉਣਾ ਚਾਹੁੰਦਾ ਆਮੀਨ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ ਯਾਨੀ ਕਿ ਤੁਹਾਡਾ ਜਿਹੜਾ ਇਹ ਹਸਾਵਣ ਖਿਡਾਉਣ ਵਾਲਾ ਕੰਮ ਹੈ ਹਾਂਜੀ ਅੱਲਾਹ ਤੁਹਾਡੀ ਜ਼ਿੰਦਗੀ ਇਤਨੀ ਹੋਰ ਲੰਮੀ ਕਰੇ ਕਿ ਪੋਤਰਿਆਂ ਦੇ ਪੋਤਰੇ ਤੁਸੀਂ ਵੇਖੋ ਬੜੀ ਬੜੀ ਲੰਬੀ ਉਮਰ ਹੋਵੇ ਲੇਕਿਨ ਸਾਹ ਦਾ ਤਾਂ ਭਰੋਸਾ ਕੋਈ ਨਹੀਂ ਸਾਹ ਦਾ ਕੋਈ ਜਿਹੜਾ ਘੜੇ ਆਇਆ ਉਸ ਭਜਣਾ ਜ਼ਰੂਰ ਹੈ ਮੈਂ ਇਹ ਨਾ ਬਈ ਪਿੱਛੋਂ ਕੋਈ ਐਸਾ ਕੋਈ ਬੱਚਾ ਪੈਦਾ ਹੋਵੇ ਜਿਹੜਾ ਫਿਰ ਨਾਂ ਕਾਇਮ ਰੱਖੇ ਤੁਹਾਡਾ ਨਾਂ ਕਾਇਮ ਰੱਖੇ ਮੈਂ ਦੁਨੀਆ ਨੂੰ ਖੁਸ਼ ਕੀਤਾ ਇਹਨਾਂ ਦੀਨ ਨੂੰ ਖੁਸ਼ ਕਰਨਾ ਤੇ ਆਮੀਨ ਤੇ ਹੁਣ ਮੈਂ ਤੁਹਾਨੂੰ ਇਹਨਾਂ ਦਾ ਕਸੀਦਾ ਸੁਣਾਉਣਾ ਤੇ ਜਦ ਤਵੱਜੂ ਫਰਮਾ ਇਹ ਜਿਹੜਾ ਸਕਰਨ ਪਾਸੇ ਮੇਰੇ ਵੱਡੇ ਪੋਤਰ ਦਾ ਬੱਚਾ ਹੈ ਕਸਵਰਵਾ ਤੇ ਆ ਦੋ ਹੁਣ ਮੇਰੇ ਦੋ ਤਰੇ ਜਿਹੜਾ ਯਾਨੀ ਕਿ ਇਹ ਮੇਰੇ ਦੋ ਤਰੇ ਤੇ ਪੋਤਰੇ ਯਾਨੀ ਦੋ ਤਰੇ ਢੇਰ ਪਿਆਰੇ ਹਨ ਦੋ ਤਰੇ ਇਸ ਵਾਸਤੇ ਜੂ ਅੱਜ ਦੇ ਉਹਨਾਂ ਦੇ ਹਬੀਬ ਨੂੰ ਬੜੇ ਪਿਆਰ ਬੜੇ ਪਿਆਰ ਹਨ ਨੇ ਉਹ ਵਾਲਾ ਸਭ ਅੱਗੇ ਹੁੰਦੀ ਤੇ ਮੈਂ ਕਿਉਂਕਿ ਲਗਾਤਾਰ ਇਹਨਾਂ ਨੂੰ ਕਸੀਦੇ ਸਿਖਾਇਆ ਜਾਂਦੇ ਤੇ ਤਾਂ ਮੋੜੇ ਦਾ ਦਾਇ ਚਾ ਮੁਸਕਰਾਹਟ ਨਿਕਲ ਜਾਂਦਾ ਕਿਉਂਕਿ ਮੌਲਾ ਲਾ ਰਹੇ ਇਨਸ਼ਾ ਅੱਲਾਹ ਬਹੁਤ ਕਾਮਯਾਬ ਹੋ ਸਿੰਘ ਕਿਉਂਕਿ ਮੇਨ ਚੀਜ਼ ਹੁੰਦੀ ਹੈ ਆਵਾਜ਼ ਕਲਾਮ ਹਾਂਜੀ ਹਾਂਜੀ ਆਵਾਜ਼ ਕਲਾਮ ਅੱਲਾਹ ਤਾਲਾ ਇਹਨਾਂ ਨੂੰ ਦਿੱਤੀ ਹੈ ਤੇ ਕੁਦਰਤ ਦੇ ਆਵਾਜ਼ ਅੱਲਾਹ ਜੀ ਆਵਾਜ਼ ਅੱਲਾਹ ਹੀ ਦਿੰਦਾ ਹੈ ਜਿਹਨੂੰ ਦੇਵੇ ਜਿਹੜੀ ਮੇਰੀ ਆਵਾਜ਼ ਹੈ ਚੱਲ ਬੋਲਾ ਸੁਣਾ ਕਾ ਦੋੜਾ
I'm going to go to the hospital.